ਸੀਸੀਟੀਵੀ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ। ਇਹ ਨਿੱਕੇ ਨਿੱਕੇ ਨਿਆਣੇ ਇੱਕ 8ਵੀਂ ਕਲਾਸ ਦੇ ਮੁੰਡੇ ਨੂੰ ਘੁੱਟ ਰਹੇ ਨੇ। ਦਰਅਸਲ ਕੁੱਟਿਆ ਇੰਨਾ ਕਿ ਉਸਦੇ ਪੈਰ ਦਾ ਮਾਸ ਫਟ ਗਿਆ ਤੇ ਬੱਚੇ ਨੂੰ ਗੰਭੀਰ ਸੱਟਾਂ ਆਈਆਂ, ਜਿਸ ਤੋਂ ਬਾਅਦ ਮਾਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਾਈ ਗਈ, ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਜ਼ਖਮੀ ਮੁੰਡੇ ਨੂੰ DSP ਦਫ਼ਤਰ ਲੈ ਕੇ ਪਹੁੰਚੀ ਹੈ ਮਾਂ ਅਤੇ ਉਸਦੀ ਦਾਦੀ। ਦੇਖੋ ਔਰਤ ਕਿਵੇਂ ਰੋ ਰਹੀ ਹੈ। ਇਹ ਉਸ ਬੱਚੇ ਦੀ ਮਾਂ ਹੈ ਜਿਸ ਨੂੰ ਵੱਡੇ ਘਰਾਂ ਦੇ ਕਾਕੇ ਗਲੀ ਦੇ ਵਿੱਚ ਆ ਕੇ ਘਰ ਦੇ ਬਾਹਰ ਘੁੱਟ ਗਏ ਨੇ। ਮਹਿਜ਼ 8ਵੀਂ ਕਲਾਸ 'ਚ ਪੜ੍ਹਦਾ ਇਹ ਨਿੱਕਾ ਜਿਹਾ ਸਿੱਖ ਮੁੰਡਾ, ਜਿਸ ਦੀ ਕੁੱਟਮਾਰ ਵੱਡੇ ਘਰਾਂ ਦੇ ਕਾਕਿਆਂ ਨੇ ਕੀਤੀ, ਜਿਸ ਤੋਂ ਬਾਅਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੀ, ਤਾਂ ਬਠਿੰਡਾ ਦੇ DSP ਦੇ ਕੋਲ ਰੋਂਦੀ ਰੋਂਦੀ ਮਾਂ ਆਪਣੀ ਝੋਲੀ ਅੱਡ ਕੇ ਪਹੁੰਚੀ ਹੈ। ਆਓ ਦੇਖਦੇ ਹਾਂ DSP ਨੇ ਇਨਸਾਫ ਦਵਾਇਆ ਕਿ ਨਹੀਂ ਤੇ ਮਾਂ ਦਾ ਕੀ ਕਹਿਣਾ ਹੈ, ਕਿਸ ਤੇ ਇਲਜ਼ਾਮ ਲੱਗ ਰਹੇ ਨੇ ਜਾਣਦੇ ਹਾਂ। ਘੜੀਸ ਕੁੱਟਿਆ ਜੀ, ਮੇਰੇ ਦੋਸਤ ਸਾਰੇ ਸੀਗੇ, ਉਹ ਸਾਨੂੰ ਛੁਡਾਉਣ ਆਇਆ ਸੀ ਜੀ, ਉਹਦਾ ਵੀ ਦੰਦ ਤੋੜਤੇ ਜੀ, ਨਹੀਂ ਤੁਰਿਆ ਨੀ ਜਾਂਦਾ ਜੀ, ਮੇਰੇ ਲੱਤ ਦੇ ਮਾਸ ਪਾਟ ਗਈ ਤੇ ਉਹਦੇ ਦੰਦ ਤੋੜਤੇ ਜੀ, ਤੇ ਉਹ ਜੀ ਉਹਨਾਂ ਕੋਲ ਅਸਲਾ ਵੀ ਸੀਗਾ ਜੀ, ਲੋਹੇ ਦੀਆਂ ਰਾੜਾਂ ਸੀ। ਸਾਨੂੰ ਕੁਛ ਨੀ ਪਤਾ ਸੀ, ਸਾਨੂੰ ਪਿੱਛੋਂ ਦੀ ਆ ਕੇ ਕੁੱਟਿਆ ਜੀ, ਕੁਛ ਨੀ ਹੋਇਆ ਜੀ, ਮੈਂ ਤਾਂ ਘਰੇ ਬੈਠੀ ਸੀ, ਮੈਨੂੰ ਤਾਂ ਬਾਅਦ ਚੋਂ ਪਤਾ ਲੱਗਿਆ ਜਨਾਬ, ਮੇਰੇ ਤਾਂ ਜਦੋਂ ਪੁੱਤ ਨੂੰ ਘੁੱਟ ਘੁੱਟ ਕੇ 3 ਮੁੰਡੇ ਘਰੇ ਛੱਡ ਕੇ ਗਏ, ਮੈਨੂੰ ਤਾਂ ਉਦੋਂ ਪਤਾ ਲੱਗਿਆ ਜੀ ਮੇਰੇ ਪੁੱਤ ਨਾਲ ਆ ਵਾਕਾ ਬੀਤ ਗਿਆ ਜੀ। ਮੇਰੇ ਪੁੱਤ ਦੀਆਂ ਜੀ ਉਹਨਾਂ ਕੋਲੇ ਪਿਸਤੌਲ ਵੀ ਸੀ, ਪਿਸਤੌਲ ਦੀ ਧਮਕੀ ਦਿੱਤੀ, ਕਹਿੰਦਾ ਤੈਨੂੰ ਪਿਸਤੌਲ ਮਾਰ ਕੇ ਮਾਰ ਦਿਆਂਗੇ, ਕਹਿੰਦਾ ਨਹੀਂ ਸਾਡੇ ਪੈਰੀ ਹੱਥ ਲਾ ਕੇ ਮਾਫੀ ਮੰਗੋ ਜੀ। ਘੱਟੋ ਘੱਟ 20 ਮੁੰਡੇ ਸੀਗੇ ਜੀ, ਜਿਹੜੇ 20 ਮੁੰਡਿਆਂ ਨੇ ਮੇਰੇ ਪੁੱਤ ਨੂੰ ਕੁੱਟ ਕੁੱਟ ਕੇ ਮੇਰੇ ਕੋਲੇ ਵੀੜ ਗਵਾਈਏ ਜੀ। ਲੋਕਲ ਚੌਂਕੀ ਜੀ ਉਹ ਕਹਿੰਦੇ ਵੀ ਅਸੀਂ ਮੁੰਡਿਆਂ ਨੂੰ ਚੱਕ ਨੀ ਸਕਦੇ, ਉਹ ਨਾਬਾਲਗ ਮੁੰਡੇ ਆ ਜੀ, ਕਹਿੰਦੇ ਮਾਮਾ ਦੇ ਪੁੱਤ ਅਸੀਂ ਪੜ੍ਹ ਨੀ ਸਕਦੇ ਜੀ, ਇਹ ਕਿਸੇ ਦੀ ਮਾਂ ਦਾ ਪੁੱਤ ਨੀ ਸੀਗਾ, ਇਹ ਵੀ ਕਿਸੇ ਨਹੀਂ ਕਰਦੇ ਜੀ। ਉਹਨੇ ਕੁਲਦੀਪ ਨੇ ਸਾਨੂੰ ਜਵਾਬ ਦਿੱਤਾ ਜੀ, ਕਹਿੰਦਾ ਮੈਂ ਤਾਂ ਕਹਿੰਦਾ ਕਿ ਮੁੰਡੇ ਚੱਕ ਨਹੀਂ ਸਕਦਾ, ਕਹਿੰਦਾ ਜੀ ਸਾਡੀ ਹੁਣੇ DSP ਸਾਹਿਬ ਨਾਲ ਗੱਲ ਹੋਈ ਹੈ, ਉਹ ਕਹਿੰਦੇ ਸ਼ਿਕਾਇਤ ਦੇ ਉਹ ਅਸੀਂ ਕਾਰਵਾਈ ਕਰ ਰਹੇ ਹਾਂ। ਬਸ ਜੀ ਮੈਂ ਤਾਂ ਇਨਸਾਫ ਚਾਹੁੰਦੀ ਹਾਂ ਆਪਦੇ ਪੁੱਤ ਦਾ ਵੀ, ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਜੀ, ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਮੇਰਾ ਪੁੱਤ ਸਕੂਲ ਜਾਣ ਤੋਂ ਮੁੱਕਰ ਗਿਆ, ਕਹਿੰਦਾ ਮੰਮੀ ਮੈਨੂੰ ਜਦੋਂ ਗਲੀ 'ਚ ਆ ਕੇ ਕੁੱਟ ਸਕਦੇ ਆ, ਮੈਨੂੰ ਸਕੂਲ 'ਚ ਵੀ ਕੁੱਟ ਸਕਦੇ ਆ, ਮੰਮੀ ਮੈਂ ਸਕੂਲ ਟਿਊਸ਼ਨ ਜਾਣਾ ਨਹੀਂ, ਮੰਮੀ ਮੈਂ ਘਰੇ ਰਹਿਣਾ, ਮੰਮੀ ਮੇਰਾ ਪੁੱਤ ਕੁਛ ਨਹੀਂ ਖਾਂਦਾ ਜੀ, 4 ਦਿਨ ਹੋ ਗਏ ਕੁਛ ਨਹੀਂ ਪੀਂਦਾ ਜੀ, ਦਿਮਾਗ ਡਰਿਆ ਪਿਆ ਜੀ, ਮੈਂ ਮਸਾਂ ਜਵਾਕ ਪਾਲਿਆ ਸੀ, ਇਹ ਬਰਲਾਜ ਨਗਰ 8 ਨੰਬਰ ਗਲੀ ਹੈ ਜੀ। ਇਹ ਵੀਡੀਓ ਵੀ ਹੁਣੇ ਮੇਰੇ ਸਾਹਮਣੇ ਆਈ ਸੀਗੀ, ਅਸੀਂ ਅਜੇ ਵੀਡੀਓ ਦੀ ਪੜਤਾਲ ਹੀ ਕਰ ਰਹੇ ਸਾਂ ਕਿ ਇਸ ਦੌਰਾਨ ਜਿਨ੍ਹਾਂ ਨਾਲ ਲੜਾਈ ਹੋਈ ਆ ਉਹਨਾਂ ਬੱਚਿਆਂ ਦੇ ਮਾਂ ਬਾਪ, ਅਤੇ ਉਹ ਇੱਕ ਬੱਚਾ ਇੱਥੇ ਮੇਰੇ ਕੋਲ ਆਏ ਸੀਗੇ, ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਹੈ। ਇਹ 4-5 ਮੁੰਡੇ ਉਹਨਾਂ ਦੇ ਸਕੂਲ 'ਚ ਹੀ ਪੜ੍ਹਦੇ ਆ, ਜੋ ਉਹਨਾਂ 'ਚੋਂ ਕੁਛ ਇੱਕ ਮਾਈਨਰ ਆ ਜਿਹੜੇ ਉਹਨਾਂ ਦੀ ਆਪਸ ਵਿੱਚ ਝਗੜਾ ਹੋਇਆ, ਉਹਨਾਂ ਨੇ ਇਹਨਾਂ ਨੂੰ ਲੜੇ ਆ। ਉਸ ਤੋਂ ਬਾਅਦ ਕੁਛ 1-2 ਲੜਕੇ ਜਿਹੜੇ ਉਹ ਹੋਸਪਿਟਲ ਵੀ ਦਾਖਲ ਹੋਏ ਸੀਗੇ, ਉਹਦੇ ਵਿੱਚ ਪੁਲਿਸ ਨੇ ਉਹਦਾ ਬਿਆਨ ਬੂ ਵਗੈਰਾ ਲਿਖੇ ਹੋਏ ਆ, ਇਹਨਾਂ ਦੇ ਰੇਡ ਵੀ ਕੀਤੇ ਆ, ਅਤੇ ਉਹਦੀ ਅਸੀਂ ਵੈਰੀਫਾਈ ਕਰਕੇ ਜਿਹੜੇ ਜਿਹੜੇ ਵੀ ਉਹਦੇ ਵਿੱਚ ਬੰਦੇ ਹੋਏ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ। ਸਰ ਬੱਚੇ ਦੇ ਮਾਤਾ ਪਿਤਾ ਕਹਿੰਦੇ ਕਿ ਵੈਪਨ ਸੀ ਉਹਨਾਂ ਕੋਲ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਤਰ੍ਹਾਂ ਸਾਹਮਣੇ ਆ, ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ। ਵੀਡੀਓ ਦੇ ਵਿੱਚ ਕੋਈ ਵੈਪਨ ਦਿਖਾਈ ਨਹੀਂ ਦਿੰਦਾ, ਪਰ ਇਹਨਾਂ ਨੂੰ ਸ਼ੱਕ ਪੈਂਦਾ ਉਹਦੇ ਵਿੱਚ ਵੀ, ਜਿਵੇਂ ਉਹਦੇ ਵਿੱਚ ਕਿਸੇ ਬੰਦੇ ਦਾ ਡੱਬ ਦੇ ਵਿੱਚ ਕੋਈ ਚੀਜ਼ ਹੁੰਦੀ ਆ,
ਉਹਦੇ ਅਸੀਂ ਵੈਰੀਫਾਈ ਕਰ ਰਹੇ ਹਾਂ, ਅਗਰ ਕਿਸੇ ਕੋਲ ਵਾਈਪਨ ਹੋਇਆ ਤਾਂ ਚੌਂਕੀ ਸ਼ਿਕਾਇਤ ਦਿੱਤੀ ਉਹਨਾਂ ਤੋਂ ਨਾਰਾਜ਼ ਨੇ, ਕਹਿੰਦੇ ਕਿ ਕਾਰਵਾਈ ਨਹੀਂ ਕੀਤੀ ਗਈ, ਤੁਹਾਡੇ ਕੋਲ ਆਉਣਾ ਪਿਆ ਉਹਨਾਂ ਨੂੰ। ਉਹ ਚੌਂਕੀ ਵਾਲਿਆਂ ਨੇ ਰੇਡ ਵਗੈਰਾ ਕੀਤੇ ਆ, ਉਹ ਬੰਦੇ ਭੱਜੇ ਹੋਏ ਆ। ਮੈਂ ਬੜੀ ਸਖ਼ਤ ਹਦਾਇਤ ਕੀਤੀ ਆ ਚੌਂਕੀ ਵਾਲਿਆਂ ਨੂੰ ਵੀ ਇਹਨਾਂ ਨੂੰ ਲੱਭ ਕੇ ਹੁਣ ਗ੍ਰਿਫਤਾਰ ਕੀਤਾ ਜਾਵੇ।